ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਜਿਵੇਂ ਕਿ ਤੁਸੀਂ ਥੰਬਨੇਲ ਵੀ ਦੇਖ ਲਿਆ ਹੋਊਗਾ ਕਿ ਮਾਸਟਰ ਕਲਾਸਿਸ ਪਟਿਆਲਾ ਵੱਲੋਂ ਇੱਕ ਲਾਇਬ੍ਰੇਰੀ ਦਾ ਇਨੀਸ਼ੀਏਟਿਵ ਲਿਆ ਗਿਆ ਹੈ, ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਤਿਆਰੀ ਕਰਦੇ ਸੀ ਨਾ, ਉਹਨਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਸਰ ਮਾਸਟਰ ਕਲਾਸਿਸ ਪਟਿਆਲਾ ਦੀ ਕੋਈ ਟੈਸਟ ਸੀਰੀਜ਼ ਨਹੀਂ ਹੈ, ਕਿਉਂਕਿ ਬਹੁਤ ਸਾਰੇ ਬੱਚੇ ਸਾਡੇ ਟੈਸਟਾਂ ਤੇ ਸਾਡੇ ਕੰਟੈਂਟ ਤੇ ਰਿਲਾਈ ਕਰਦੇ ਆ। ਤੇ ਦੋ ਚੀਜ਼ਾਂ ਸਟੂਡੈਂਟਸ ਨੇ ਸਾਡੇ ਅੱਗੇ ਰੱਖੀਆਂ, ਇੱਕ ਇਹ ਕਿ ਸਰ ਆਫਲਾਈਨ ਕੋਈ ਗਰੁੱਪ ਬੀ ਲੈਵਲ ਤੱਕ ਦਾ ਤੁਹਾਡਾ ਪ੍ਰੋਪਰ ਬੈਚ ਨਹੀਂ ਚੱਲਦਾ। ਸੋ ਅਸੀਂ ਸਭ ਤੋਂ ਪਹਿਲਾਂ ਕੰਮ ਕੀ ਕੀਤਾ, ਆਫਲਾਈਨ ਉਹ ਵੀ ਬਿਲਕੁਲ ਕੰਪੀਟੀਟਿਵ ਫੀਸ, ਜੋ ਕਿ ਅਸੀਂ ਗਰੁੱਪ ਬੀ ਲੈਵਲ ਦੀ ਫੀਸ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਸਾਡੇ ਪੂਰੇ ਗਰੁੱਪ ਬੀ ਲੈਵਲ ਦੇ ਪੰਜਾਬ ਦੇ ਪੇਪਰਾਂ ਦੀ ਫੀਸ 16,000 ਆ, ਜੋ ਕਿ ਨੋਰਮਲ ਪੰਜਾਬ ਗੌਰਮੈਂਟ ਦੀ ਜੋਬ ਦੀ ਤਿਆਰੀ ਕਰਨ ਵਾਲੀਆਂ ਕੋਰਸਿਸ ਦੇ ਵਿੱਚ ਬੱਚਿਆਂ ਦੀ ਹੁੰਦੀ ਹੈ। ਦੂਸਰੀ ਚੀਜ਼, ਇੱਕ ਆਫਲਾਈਨ ਲਾਇਬ੍ਰੇਰੀ, ਜੋ ਵੀ ਲਾਇਬ੍ਰੇਰੀਜ਼ ਪੰਜਾਬ ਦੇ ਕਿਸੇ ਵੀ ਸ਼ਹਿਰ 'ਚ, ਦੇਖੋ ਪੰਜਾਬ ਤੋਂ ਬਾਹਰ ਦਾ ਤਾਂ ਮੈਨੂੰ ਪਤਾ ਨਹੀਂ, ਪਰ ਪੰਜਾਬ ਤੋਂ ਬਾਹਰ ਪੰਜਾਬ 'ਚ ਜੋ ਵੀ ਲਾਇਬ੍ਰੇਰੀਜ਼ ਵਰਕ ਕਰ ਰਹੀਆਂ ਹੋਈਆਂ, ਉਸੇ ਹੀ ਫੀਸ 'ਤੇ ਮਾਸਟਰ ਕਲਾਸਿਸ ਪਟਿਆਲਾ ਵੱਲੋਂ ਲਾਇਬ੍ਰੇਰੀ ਪ੍ਰੋਵਾਈਡ ਕਰਾਈ ਜਾ ਰਹੀ ਹੈ। ਸੋ ਮਾਸਟਰ ਕਲਾਸਿਸ ਪਟਿਆਲਾ ਦੀ ਲਾਇਬ੍ਰੇਰੀ ਜਿਹੜੀ ਹੋਊਗੀ, ਇਹਦੇ 'ਚ ਬਾਕੀ ਲਾਇਬ੍ਰੇਰੀ ਨਾਲੋਂ ਕੀ ਅੱਡ ਆ? ਇਨਫਰਾਸਟ੍ਰਕਚਰ, ਏਸੀ, ਪੱਖੇ, ਮਾਹੌਲ, ਉਹ ਸ਼ਾਇਦ ਹਰ ਲਾਇਬ੍ਰੇਰੀ ਆਪਣੇ ਵੱਲੋਂ ਬੈਸਟ ਦਿੰਦੀ ਹੈ, ਅਤੇ ਉਹਦੇ 'ਚ ਕੋਈ ਦੋ ਰਾਏ ਨਹੀਂ ਕਿ ਜੇ ਤੁਸੀਂ ਕਹੋਗੇ ਕਿ ਤੁਸੀਂ ਕਿਸੇ ਲਾਇਬ੍ਰੇਰੀ 'ਚ ਹੋ ਤਾਂ ਅਸੀਂ ਕਹਿ ਦਾਂਗੇ ਉਹਦੇ ਨਾਲੋਂ ਵਧੀਆ ਕਦੇ ਵੀ ਨਹੀਂ ਪ੍ਰੋਵਾਈਡ ਕਰਾ ਸਕਦੇ। ਉਹ ਤਾਂ ਨੋਰਮਲੀ ਹਰ ਇੱਕ ਚੀਜ਼ ਹੁੰਦੀ ਹੈ। ਜਿਹੜੀ ਇੱਕੋ ਚੀਜ਼ ਸਾਡੀ ਸਭ ਤੋਂ ਡਿਫਰੈਂਟ ਸਾਨੂੰ ਲੱਗਦਾ ਹੈ ਕਿ ਇਹ ਬੱਚਿਆਂ ਵਾਸਤੇ ਬਹੁਤ ਬੈਨੀਫੀਸ਼ੀਅਲ ਹੋ ਸਕਦੀ ਹੈ, ਮਾਸਟਰ ਕਲਾਸਿਸ ਪਟਿਆਲਾ ਦੀ ਐਪਲੀਕੇਸ਼ਨ 'ਤੇ ਜਾਂ ਮਾਸਟਰ ਕਲਾਸਿਸ ਪਟਿਆਲਾ ਦੇ ਯੂਟਿਊਬ ਚੈਨਲ 'ਤੇ ਜੋ ਵੀ ਤੁਸੀਂ ਕਰੰਟ ਅਫੇਅਰਸ ਬੁੱਕਲੈਟਸ ਵਗੈਰਾ ਦੇਖਦੇ ਹੋ, ਇਹ ਸਾਰੀਆਂ ਬੁੱਕਲੈਟਸ ਪ੍ਰਿੰਟ ਕਰਾ ਕੇ ਅਸੀਂ ਆਪਣੀ ਐਪਲੀਕੇਸ਼ਨ 'ਚ ਆਪਣੀ ਲਾਇਬ੍ਰੇਰੀ 'ਚ ਉਹਨਾਂ ਬੱਚਿਆਂ ਵਾਸਤੇ ਅਸੈਸੇਬਲ ਕਰਾਂਗੇ ਬਿਲਕੁਲ ਫ੍ਰੀ, ਉਸੇ ਕੋਰਸ ਦੀ ਫੀ, ਉਸੇ ਲਾਇਬ੍ਰੇਰੀ ਦੀ ਫੀਸ ਦੇ ਵਿੱਚ ਜੋ ਉਹ ਭਰਨਗੇ। 12 ਘੰਟੇ ਡੇ ਲਾਇਬ੍ਰੇਰੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ, ਠੀਕ ਹੈ? ਐਂਡ ਬੱਚੇ ਜਿਹੜੇ ਮਾਸਟਰ ਕਲਾਸਿਸ ਪਟਿਆਲਾ ਦੇ ਵਿੱਚ ਆਫਲਾਈਨ ਬੈਚ 'ਚ ਇਨਰੋਲਡ ਨੇ ਜਾਂ ਉਹ ਕਿਸੇ ਵੀ ਆਨਲਾਈਨ ਬੈਚ 'ਚ ਇਨਰੋਲਡ ਨੇ, ਉਹਨਾਂ ਵਾਸਤੇ 20% ਔਫ ਸਾਡੀ ਉਸ ਲਾਇਬ੍ਰੇਰੀ 'ਚ ਹੋਊਗਾ। ਉਸ ਲਾਇਬ੍ਰੇਰੀ ਦੀ ਸਭ ਤੋਂ ਵੱਡੀ ਖਾਸੀਅਤ ਆ ਕਿ ਉੱਥੇ ਬਹੁਤ ਸਾਰਾ ਕੰਟੈਂਟ ਜਿਹੜਾ ਕਿ ਸਾਡੀ ਅਕੈਡਮੀ ਵੱਲੋਂ ਆ, ਉਹ ਅਸੀਂ ਉੱਥੇ ਫ੍ਰੀ ਸ਼ੇਅਰ ਕਰਨ ਜਾ ਰਹੇ ਹਾਂ। ਅਤੇ ਦੂਜੀ ਗੱਲ, ਅਸੀਂ ਇਸ ਲਾਇਬ੍ਰੇਰੀ 'ਚ 160 ਦਿਨਾਂ ਦਾ ਡੇਲੀ ਬੇਸਿਸ 'ਤੇ ਟੈਸਟ ਦਾ ਸ਼ਡਿਊਲ ਤਿਆਰ ਕੀਤਾ ਹੈ, ਅਤੇ ਉਸ ਸ਼ਡਿਊਲ ਦੇ ਮੁਤਾਬਕ ਟੈਸਟ ਵੀ ਤਿਆਰ ਕਰ ਲਏ, ਜਿਹਦੇ 'ਚ ਟੈਸਟ ਦਾ ਸ਼ਡਿਊਲ ਮੈਂ ਅੱਗੇ ਦਿਖਾਉਣਾ, ਬਟ ਮੈਂ ਇਹ ਦੱਸ ਦਿੰਦਾ ਕਿ ਮੈਨੂੰ ਨਹੀਂ ਪਤਾ ਬਾਕੀ ਲਾਇਬ੍ਰੇਰੀਜ਼ 'ਚ ਵੀ ਹੋ ਸਕਦਾ ਹੈ, ਬਟ ਇਹ ਪਹਿਲੀ ਲਾਇਬ੍ਰੇਰੀ ਹੈ ਜਿੱਥੇ ਲਾਇਬ੍ਰੇਰੀ ਦੀ ਫੀਸ ਦੇ ਵਿੱਚ ਹੀ 150 ਟੈਸਟ ਲਏ ਜਾਣਗੇ, ਅਤੇ ਹਰ ਰੋਜ਼ ਟੈਸਟ ਅਤੇ ਹਰ ਰੋਜ਼ ਇੱਕ ਚੈਪਟਰ ਦਾ ਟੈਸਟ ਸਪੈਸੀਫਿਕਲੀ ਪਹਿਲਾਂ ਹੀ ਸ਼ਡਿਊਲ ਐਲੋਕੇਟ ਕਰ ਦਿੱਤਾ ਜਾਊਗਾ ਕਿ ਜੇ ਕੋਈ ਬੱਚਾ ਤਿਆਰੀ ਕਰੀ ਬੈਠਾ ਹੈ, ਉਹ ਸਿਰਫ ਟੈਸਟ ਦੇਣਾ ਚਾਹੁੰਦਾ ਹੈ, ਤਾਂ ਉਹ ਇਸ ਲਾਇਬ੍ਰੇਰੀ 'ਚ, ਸਾਡੀ ਇਸ ਲਾਇਬ੍ਰੇਰੀ 'ਚ ਆ ਕੇ ਆਪਣਾ ਟੈਸਟ ਦਾ ਪੂਰਾ ਸ਼ਡਿਊਲ ਲੈ ਕੇ ਜਾ ਸਕਦਾ ਹੈ। ਸੋ ਜਿਹੜੇ ਵੀ ਬੱਚੇ ਪਟਿਆਲੇ ਆ ਕੇ ਸਿਰਫ ਤੇ ਸਿਰਫ ਲਾਇਬ੍ਰੇਰੀ ਦੀ ਫੈਸਿਲਿਟੀ ਚਾਹੁੰਦੇ ਆ, ਉਹ ਕਿਸੇ ਵੀ ਕੋਰਸ 'ਚ ਇਸ ਕਰਕੇ ਨਹੀਂ ਇਨਰੋਲ ਹੋਣਾ ਚਾਹੁੰਦੇ ਕਿਉਂਕਿ ਆਲਰੇਡੀ ਉਹਨਾਂ ਨੇ ਕੋਰਸ ਕੀਤੇ ਹੋਏ ਆ, ਅਤੇ ਉਹ ਆ ਕੇ ਸਾਡੀ ਲਾਇਬ੍ਰੇਰੀ ਦਾ ਜੋ ਵੀ ਪ੍ਰੋਟੋਕੋਲਸ ਨੇ ਉਹਦੇ ਅਕੋਰਡਿੰਗ ਐਡਮਿਸ਼ਨ ਲੈ ਸਕਦੇ ਆ। ਅਸੀਂ ਇਹਦੇ 'ਚ ਤੁਹਾਡੇ ਰੋਜ਼ 150 ਦੇ ਅਰਾਊਂਡ ਟੈਸਟ, 160 ਟੈਸਟ ਪਲੱਸ ਹਰ ਟੈਸਟ ਦਾ ਨਾਲ ਤੁਹਾਨੂੰ ਸਲਿਊਸ਼ਨ ਅਵੇਲੇਬਲ ਹੋਊਗਾ, ਤਾਂ ਜੋ ਇਹ ਨਹੀਂ ਕਿ ਸਵਾਲ ਕਰ ਲਏ ਅਤੇ ਉਸ ਤੋਂ ਬਾਅਦ ਦੇਖਦੇ ਰਹੋ।
ਤੋ ਸਭ ਤੋਂ ਇੰਪੋਰਟੈਂਟ ਚੀਜ਼ ਆ ਕਿ ਮਾਸਟਰ ਕਲਾਸਿਸ ਦੀ ਲਾਇਬ੍ਰੇਰੀ ਜਿਹੜੀ ਆ ਉਹਦੇ 'ਚ ਤੁਸੀਂ ਸਭ ਤੋਂ ਪਹਿਲਾਂ 5 ਦਿਨ ਡੈਮੋ ਹੋਣਗੀਆਂ। ਉਹਨਾਂ 5 ਡੈਮੋਜ਼ ਦੇ ਵਿੱਚ ਤੁਹਾਡੇ 5 ਟੈਸਟ ਵੀ ਹੋ ਜਾਣਗੇ, ਤਾਂ ਕਿ ਤੁਹਾਨੂੰ ਇੱਥੋਂ ਦਾ ਐਟਮੋਸਫੇਅਰ ਪਤਾ ਲੱਗ ਜੇ, ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜੇ ਕਿ ਵਾਕਈ ਟੈਸਟ ਕਿਸ ਲੈਵਲ ਤੇ ਹੁੰਦੇ ਆ। ਸਭ ਕੁਝ ਤਸੱਲੀ ਕਰਨ ਤੋਂ ਬਾਅਦ ਤੁਸੀਂ ਲਾਇਬ੍ਰੇਰੀ ਦੀ ਫੀਸ ਪੇ ਕਰਨੀ ਆ। ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਮਾਸਟਰ ਕਲਾਸਿਸ ਪਟਿਆਲਾ ਤੇ ਸਾਡਾ ਆਫਲਾਈਨ ਬੈਚ ਪੰਜਾਬ ਜੌਬਸ ਦਾ ਵੀ ਚੱਲ ਰਿਹਾ ਹੈ ਤੇ ਪੰਜਾਬ ਪੁਲਿਸ ਦਾ ਵੀ ਚੱਲ ਰਿਹਾ ਹੈ। ਸੋ ਜੇ ਤੁਸੀਂ YouTube ਤੇ ਸਾਡੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਸਾਡੀ YouTube ਤੇ ਪਲੇਲਿਸਟ ਵਾਲੇ ਫੋਲਡਰ 'ਚ ਜਾ ਕੇ ਕਾਈਂਡਲੀ ਮਾਸਟਰ ਕਲਾਸਿਸ ਦੇ ਪਲੇਲਿਸਟ 'ਚ ਜਾ ਕੇ ਆਫਲਾਈਨ ਕਲਾਸਿਸ ਜਿਹੜੀਆਂ ਇਸ ਵੀਕ 'ਚ ਲੱਗ ਚੁੱਕੀਆਂ ਉਹ ਲਓ ਤੇ ਅਗਲੇ ਵੀਕ ਦੇ ਪਹਿਲੇ ਦਿਨ ਤੋਂ ਤੁਸੀਂ ਆਪਣੀਆਂ ਕਲਾਸਾਂ ਸ਼ੁਰੂ ਕਰ ਲਓ ਤੇ ਉਹ ਕਲਾਸਾਂ ਲਾ ਕੇ ਆਇਓ ਤਾਂ ਕਿ ਤੁਹਾਡਾ ਆਉਣ ਵਾਲੀਆਂ ਕਲਾਸਾਂ 'ਚ ਬਿਲਕੁਲ ਵੀ ਟਾਈਮ ਵੇਸਟ ਨਾ ਹੋਵੇ। ਤੇ ਮੈਂ ਤੁਹਾਡੀ ਜਾਣਕਾਰੀ ਲਈ ਇਹ ਦੱਸਦਾ ਇਹ ਜਿਹੜਾ ਸਾਡਾ ਸ਼ਡਿਊਲ ਰਹਿਣ ਵਾਲਾ ਹੈ ਮਾਸਟਰ ਕਲਾਸਿਸ ਪਟਿਆਲਾ ਦੀ ਲਾਇਬ੍ਰੇਰੀ ਦੇ ਵਿੱਚ, ਇਹ ਪ੍ਰੋਪਰ ਸ਼ਡਿਊਲ ਸਾਡੇ ਮਾਸਟਰ ਕਲਾਸਿਸ ਪਟਿਆਲਾ ਦੇ ਟੈਲੀਗ੍ਰਾਮ ਚੈਨਲ ਤੇ, ਜਿਹਦਾ ਕਿ ਡਿਸਕ੍ਰਿਪਸ਼ਨ 'ਚ ਲਿੰਕ ਵੀ ਆ, ਵੈਸੇ ਵੀ 9K ਤੋਂ ਵੱਧ ਸਬਸਕ੍ਰਾਈਬਰ ਆ ਮਾਸਟਰ ਕਲਾਸਿਸ ਪਟਿਆਲਾ, ਸਰਚ ਕਰਿਓ ਟੈਲੀਗ੍ਰਾਮ ਚੈਨਲ ਸਬਸਕ੍ਰਾਈਬ ਕਰ ਲਿਓ। ਉਹਦੇ 'ਚ ਪ੍ਰੋਪਰ ਸ਼ਡਿਊਲ ਜਿਹੜਾ ਪਿਛਲੇ ਹਫਤੇ ਆਫਲਾਈਨ ਕਲਾਸਾਂ ਲੱਗੀਆਂ ਉਹਨਾਂ ਦੀ ਬਾਈਲਿੰਗੁਅਲ PDF ਅਵੇਲੇਬਲ ਪਈ ਆ, ਤਾਂ ਕਿ ਤੁਹਾਨੂੰ ਲੈਕਚਰ ਲਾਉਣ 'ਚ ਤੇ ਉਸ ਤੋਂ ਬਾਅਦ ਨੋਟ ਕਰਨ 'ਚ ਕੋਈ ਦਿੱਕਤ ਨਾ ਆਵੇ, ਤੁਸੀਂ ਉਹਨੂੰ ਪ੍ਰਿੰਟ ਕਰ ਸਕਦੇ ਹੋ। ਤੇ ਸਾਡਾ ਜਿਹੜਾ ਟੈਸਟਾਂ ਦਾ ਸ਼ਡਿਊਲ ਆ ਪ੍ਰੋਪਰ ਦੱਸਿਆ ਹੋਇਆ ਕਿ ਟੈਸਟ 1 ਪੋਲਿਟੀ ਮੇਕਿੰਗ ਆਫ ਕਨਸਟੀਟਿਊਸ਼ਨ ਤੇ ਜਾਂ ਤੁਹਾਡੇ ਆਪਣੇ ਨੋਟਸ ਜੇ ਤੁਸੀਂ ਕਿਸੇ ਹੋਰ ਅਕੈਡਮੀ ਦੇ ਹੋ, ਮਾਸਟਰ ਕਲਾਸਿਸ ਪਟਿਆਲਾ ਦੇ ਉਹਦਾ ਕਲਾਸ ਨੋਟਸ। ਇੰਗਲਿਸ਼ ਵਾਸਤੇ ਸਾਇਨੋਨੀਅਮਸ, ਸਾਇਨੋਨੀਅਮਸ ਵਾਸਤੇ ਕੁਝ ਨਹੀਂ ਕਰਨਾ, ਲਾਇਬ੍ਰੇਰੀ ਵੱਲੇ ਵਾਲੇ ਆਪ ਤੁਹਾਨੂੰ PDF ਦੇਣਗੇ 100 ਸਾਇਨੋਨੀਅਮਸ ਦੀ, ਉਹਨਾਂ 'ਚੋਂ 10 ਦਾ ਟੈਸਟ ਹੋਊਗਾ ਜਾਂ ਜੋ ਵੀ ਟੈਸਟ ਦੇ ਵਿੱਚ ਆਉਣਗੇ। ਫਿਰ ਅਗਲਾ ਟੈਸਟ HCF LCM ਕਲਾਸ ਸ਼ੀਟਸ, RS ਅਗਰਵਾਲ, ਹੋਰ ਕੋਈ ਵੀ ਸੋਰਸ ਹੋਵੇ ਤੁਹਾਡਾ, ਬਸ ਗਰੁੱਪ B ਲੈਵਲ ਦਾ ਟੈਸਟ ਆਊਗਾ ਉਹਦੇ 'ਚ, ਠੀਕ ਆ। ਗਰੁੱਪ C ਤੇ ਗਰੁੱਪ B ਪੰਜਾਬ ਪੁਲਿਸ ਤੇ PSSB ਨੂੰ ਟਾਰਗੇਟ ਕੀਤਾ ਹੈ। ਪਹਿਲੇ ਦਿਨ ਟੈਸਟ ਪੋਲਿਟੀ ਦਾ, ਅਗਲੇ ਦਿਨ ਇੰਗਲਿਸ਼ ਦਾ, ਅਗਲੇ ਦਿਨ ਪੰਜਾਬੀ ਦਾ। ਹੁਣ ਮੰਨ ਲਓ ਤੁਹਾਨੂੰ ਪਤਾ ਕਿ ਤੁਸੀਂ ਅੱਜ ਇੰਗਲਿਸ਼ ਦਾ ਟੈਸਟ ਦੇ ਗਏ ਤੇ ਅਗਲਾ ਟੈਸਟ 5ਵੇਂ ਦਿਨ ਹੈ ਇੰਗਲਿਸ਼ ਦਾ ਤੇ ਉਹਦੇ 'ਚ ਵੀ 100 ਸਿਨੋਨੀਅਮ ਆਉਣੇ ਆ, ਤਾਂ ਕਿਉਂ ਨਾ ਰੋਜ਼ ਦੇ 35-35 ਯਾਦ ਕਰ ਲਓ ਅਗਲੇ, ਤਾਂ ਕਿ ਇੱਕੋ ਦਿਨ ਹੀ ਸਾਰਾ ਕੁਝ। ਇੰਡੀਆ ਆਫਟਰ ਇੰਡੀਪੈਂਡੈਂਸ ਸਾਰੇ ਜਾਂ ਤਾਂ ਤੁਹਾਡੇ ਕਲਾਸ ਨੋਟਸ ਜਾਂ ਤੁਹਾਡਾ ਆਪਣਾ ਕੋਈ ਸੋਰਸ ਹੋਵੇ। ਅਗਲਾ ਟੈਸਟ ਪ੍ਰੀਐਂਬਲ ਦਾ, ਪੋਲਿਟੀ ਦਾ, ਉਸ ਤੋਂ ਅਗਲਾ ਯੂਨੀਅਨ ਐਂਡ, ਤੁਸੀਂ ਨੋਟਿਸ ਕਰੋ ਇੱਕ ਇੱਕ ਚੈਪਟਰ ਦਾ ਟੈਸਟ ਹੋ ਰਿਹਾ ਹੈ, ਐਵੇਂ ਹੀ ਮੈਥ ਦਾ ਵੀ ਇੱਕ ਇੱਕ ਚੈਪਟਰ ਦਾ। ਸੋ ਸਭ ਤੋਂ ਬੈਸਟ ਤਰੀਕਾ ਕਿ ਜੇ ਕੋਈ ਲਾਇਬ੍ਰੇਰੀ ਪ੍ਰੋਪਰ ਤਰੀਕੇ ਨਾਲ ਟੈਸਟ ਲਵੇ, ਇਹ ਸਾਰੇ ਟੈਸਟ ਮੇਰੀ ਨਿਗਾਹ 'ਚੋਂ ਬਣ ਕੇ ਜਾ ਰਹੇ ਆ। ਸੋ ਸਭ ਤੋਂ ਪਹਿਲੀ ਗੱਲ, ਇਹ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਹੋ ਸਕਦਾ ਹੈ ਜੇ ਤੁਸੀਂ ਮਾਸਟਰ ਕਲਾਸਿਸ ਪਟਿਆਲਾ ਦੀ ਲਾਇਬ੍ਰੇਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਠੀਕ ਆ। ਕਾਈਂਡਲੀ ਮੇਰੀ ਬੇਨਤੀ ਇਹ ਆ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ, ਐਟਲੀਸਟ ਪਟਿਆਲੇ, ਪਟਿਆਲੇ ਦੇ ਨੇੜੇ ਤੇ ਜਾਂ ਜਿਹੜੇ ਬੱਚੇ ਆਲੇ ਦੁਆਲੇ ਕਿਸੇ ਵੀ ਸ਼ਹਿਰ 'ਚ ਆ ਤੇ ਉਹ ਬਹੁਤ ਪਰੇਸ਼ਾਨ ਆ ਕਿ ਅਸੀਂ ਟੈਸਟ ਸਬਜੈਕਟ ਵਾਈਜ਼ ਦੇਣਾ ਚਾਹੁੰਦੇ ਹਾਂ ਤੇ ਸਾਨੂੰ ਸਾਡੀਆਂ ਗਲਤੀਆਂ ਦਾ ਪਤਾ ਲੱਗੇ ਤੇ ਪ੍ਰੋਪਰ ਤੁਹਾਡੇ ਮਾਰਕਸ ਤੁਹਾਨੂੰ ਦੱਸੇ ਜਾਣ ਤੇ ਤੁਹਾਨੂੰ ਪਤਾ ਲੱਗੇ ਕਿ ਬਾਕੀ ਇਸ ਟੈਸਟ ਦੇ ਵਿੱਚ ਕਿਸੇ ਜਿਹੜੇ ਸਟੂਡੈਂਟ ਨੇ ਇਹ ਟੈਸਟ ਦਿੱਤਾ ਹੈ ਉਸ ਸਟੂਡੈਂਟ ਦੇ ਇਸ ਟੈਸਟ ਦੇ ਵਿੱਚ ਕਿੰਨੇ ਨੰਬਰ ਆ ਤੇ ਤੁਹਾਡੀ ਸਥਿਤੀ ਕੀ ਆ, ਤੁਹਾਡਾ ਰੈਂਕ ਕੀ ਕਹਿੰਦਾ ਹੈ। ਸੋ ਬੇਨਤੀ ਇਹ ਆ ਕਿ ਵੱਧ ਤੋਂ ਵੱਧ ਤੁਸੀਂ ਮੀਨਸ ਕਿ ਇਸ ਵੀਡੀਓ ਨੂੰ ਬਾਕੀਆਂ ਨਾਲ ਸ਼ੇਅਰ ਕਰੋ ਤੇ ਪ੍ਰੋਪਰ ਸ਼ਡਿਊਲ ਜੋ ਇਸ ਟੈਸਟ ਸੀਰੀਜ਼ ਦਾ ਹੈ, ਠੀਕ ਆ, ਉਹ ਅਸੀਂ ਤੁਹਾਨੂੰ ਪੂਰੇ ਦਾ ਪੂਰਾ ਸ਼ਡਿਊਲ ਇੱਥੇ ਪ੍ਰੋਵਾਈਡ ਕਰਾਇਆ ਹੋਇਆ ਹੈ ਤੇ ਬਹੁਤ ਜਲਦੀ ਇਹ ਟੈਸਟ ਸੀਰੀਜ਼ ਜਿਹੜੀ ਆ ਜਾਂ ਇਹ ਸ਼ਡਿਊਲ ਜਿਹੜਾ ਹੈ ਇਹ ਐਕਟਿਵ ਹੋਣ ਵਾਲਾ ਹੈ ਵਿਦਇਨ ਡੇਜ਼, ਬਿਕੋਜ਼ ਅਸੀਂ ਇਹਦੇ 'ਤੇ ਕੋਸ਼ਿਸ਼ ਇਹ ਆ ਕਿ ਇਹਨਾਂ 150 'ਚੋਂ ਪਹਿਲੇ 80 ਟੈਸਟ ਪਹਿਲਾਂ ਤਿਆਰ ਕਰਕੇ ਰੱਖ ਲਏ ਜਾਣ ਤੇ ਉਹਨਾਂ 'ਚੋਂ 70-75% ਕੰਮ ਹੋ ਚੁੱਕਿਆ ਹੈ ਤੇ ਆਲਮੋਸਟ ਤੁਸੀਂ ਮੰਨ ਕੇ ਚੱਲੋ ਵਿਦਇਨ ਡੇਜ਼
ਤੁਹਾਨੂੰ ਇਹ ਟੈਸਟ ਸੀਰੀਜ਼ ਦਾ ਪੈਕੇਜ ਸਟਾਰਟ ਹੋ ਜਾਊਗਾ, ਆ ਕੇ ਆਪਣੀ ਲਾਇਬ੍ਰੇਰੀ ਵਿੱਚ ਇਨਰੋਲਮੈਂਟ ਕਰਾਓ, ਫਿਰ ਉਸ ਤੋਂ ਬਾਅਦ 5 ਦਿਨ ਦੀ ਡੈਮੋਜ਼ ਲਿਓ, ਉਸ ਤੋਂ ਬਾਅਦ ਫਿਰ ਤੁਹਾਡੀ ਫੀਸ ਪੇ ਕਰੋ ਤੁਸੀਂ। ਆਪਣੇ ਆਪ ਨੂੰ ਪਹਿਲਾਂ ਫੁੱਲੀ ਸੈਟੀਸਫਾਈਡ ਕਰਾਓ, ਕੰਟੈਂਟ ਦੇਖੋ, ਕੁਆਲਿਟੀ ਦੇਖੋ, ਵਾਕਈ ਉਹ ਟੈਸਟ ਦੇਖੋ, ਲਾਇਬ੍ਰੇਰੀਆਂ ਬਹੁਤ ਨੇ ਅਤੇ ਬਹੁਤ ਚੰਗੀਆਂ ਨੇ। ਸਭ ਤੋਂ ਮੇਨ ਚੀਜ਼ ਜੋ ਸਾਨੂੰ ਲੱਗਦੀ ਹੈ ਕਿ ਸਾਡੇ ਕੋਲ ਡਿਫਰੈਂਟ ਹੋ ਸਕਦੀ ਹੈ, ਸ਼ਾਇਦ ਤੁਸੀਂ ਸਾਡਾ ਇਹ ਭੁਲੇਖਾ ਦੂਰ ਕਰ ਦਿਓ ਕਿ ਨਹੀਂ ਯਾਰ ਉਹ ਗੱਲ ਨਹੀਂ ਬਣੀ, ਉਹ ਚੀਜ਼ ਆ ਸਾਡੀ ਟੈਸਟ ਤੇ ਉਹਨਾਂ ਟੈਸਟਾਂ ਦੇ ਮਿਲਣ ਵਾਲਾ ਸੋਲੂਸ਼ਨ, ਤੇ ਇੱਕ ਡੈਡੀਕੇਟਿਡ ਸਟ੍ਰੈਟੇਜੀ ਜਿਹਦੇ ਨਾਲ ਤਿਆਰੀ ਬਹੁਤ ਅੱਛੀ ਹੋ ਸਕਦੀ ਹੈ। ਜਿਹੜੇ ਸਟੂਡੈਂਟਸ ਇੰਸਟੀਟਿਊਟ ਦੇ ਵਿੱਚ ਇਨਰੋਲਡ ਨੇ ਉਹ ਮੰਨ ਕੇ ਚੱਲਣ ਕਿ ਉਹਨਾਂ ਦਾ ਸ਼ਨੀਵਾਰ ਦਾ ਟੈਸਟ ਤਾਂ ਅੱਡ ਹੋਣਾ ਹੀ ਹੋਣਾ ਹੈ, ਇਹ ਉਹਦੇ ਤੋਂ ਬਿਨਾਂ ਲਾਇਬ੍ਰੇਰੀ ਦਾ ਵੱਖਰਾ ਇਨੀਸ਼ੀਏਟਿਵ ਆ, ਇਹਦਾ ਆਪਣੇ ਵੀਕਐਂਡ ਟੈਸਟ ਨਾਲ ਕੋਈ ਸੰਬੰਧ ਨਹੀਂ, ਉਹ ਅੱਡ ਹੋਣੇ ਹੀ ਆ। ਜੇ ਤੁਸੀਂ ਇਸ ਲਾਇਬ੍ਰੇਰੀ ਨੂੰ ਜੁਆਇਨ ਨਹੀਂ ਕਰਦੇ ਤਾਂ ਤੁਸੀਂ ਵੀਕਐਂਡ ਟੈਸਟ ਤਾਂ ਦੇਣ ਆਉਣਾ ਹੀ ਆਉਣਾ ਹੈ, ਉਹ ਬਿਲਕੁਲ ਸੈਪਰੇਟ ਹੋਣਗੇ, ਉਹਨਾਂ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ। ਸੋ ਵੱਧ ਤੋਂ ਵੱਧ ਇਸ PDF ਨੂੰ ਜਿਹੜੀ ਕਿ ਮਾਸਟਰ ਕਲਾਸਿਸ ਪਟਿਆਲਾ ਦੇ ਟੈਲੀਗ੍ਰਾਮ ਚੈਨਲ ਤੇ ਅਸੀਂ ਸ਼ੇਅਰ ਕੀਤੀ ਹੋਈ ਆ, ਜਿਹਦੇ 'ਚ ਅਸੀਂ ਦੱਸਿਆ ਕੀ ਫੀਚਰਸ ਨੇ, ਕੀ ਸਾਡੀਆਂ ਫੈਸਿਲਿਟੀਜ਼ ਰਹਿਣ ਵਾਲੀਆਂ ਹੋਣਗੀਆਂ, ਤੇ ਮਾਸਟਰ ਕਲਾਸਿਸ ਪਟਿਆਲਾ ਦੀ ਇਹ ਲਾਇਬ੍ਰੇਰੀ ਆ ਜਿਹਦੇ 'ਚ ਪਹਿਲੀ ਵਾਰ ਕੋਈ ਇਹੋ ਜਿਹੀ ਲਾਇਬ੍ਰੇਰੀ ਜਿਹਦੇ 'ਚ ਘੱਟੋ ਘੱਟ 150 ਤੋਂ 160 ਮੌਕ ਟੈਸਟ ਦਾ ਪ੍ਰਬੰਧ ਆ। ਹੋ ਸਕਦਾ ਕਿ ਹੋਰ ਵੀ ਹੋਣ, ਬਟ ਅਸੀਂ ਫੋਕਸ ਕੀਤਾ ਏ ਉਸ ਕੁਆਲਿਟੀ ਤੇ ਕਿ ਟੈਸਟ ਪੰਜਾਬ ਪੁਲਿਸ ਤੇ PSSB ਦੇ ਜਿਹੜੇ ਅੱਜ ਕੱਲ ਗਰੁੱਪ B ਲੈਵਲ ਦੇ ਪੇਪਰ, ਚਾਹੇ ਉਹ ਸਬ ਇੰਸਪੈਕਟਰ ਇੰਸਪੈਕਟਰ ਹੋਣ ਤੇ ਚਾਹੇ ਉਹ ਲੇਬਰ ਇੰਸਪੈਕਟਰ ਤੋਂ ਲੈ ਕੇ ਹੋਰ ਪੋਸਟਾਂ ਦੇ ਪੇਪਰ ਹੋਣ, ਉਹਨਾਂ ਨੂੰ ਬੜੀ ਸ਼ਿੱਦਤ ਨਾਲ ਕਵਰ ਕੀਤਾ ਜਾਵੇ ਤੇ ਬੱਚੇ ਦਾ ਉਹ ਸਬਜੈਕਟ, ਹਰ ਇੱਕ ਸਬਜੈਕਟ ਟਾਰਗੇਟ ਕੀਤਾ ਜਾਵੇ, ਇਕਨੋਮੀ ਕੀਤੀ ਜਾਵੇ, ਜੋਗ੍ਰਾਫੀ, ਕਿਉਂਕਿ ਅਦਰਵਾਈਜ਼ ਬੱਚੇ ਇਹ ਸਾਰਾ ਕੁਝ ਛੱਡ ਦਿੰਦੇ ਆ। ਸੋ ਬੇਨਤੀ ਇਹ ਆ ਕਿ ਇਸ ਵੀਡੀਓ ਨੂੰ ਬਾਕੀ ਲੋਕਾਂ ਤੱਕ ਪਹੁੰਚਾਓ, ਜਿਹੜੇ ਲੋਕ ਲਾਇਬ੍ਰੇਰੀ ਦੇ ਨਾਲ ਨਾਲ ਟੈਸਟ ਸੀਰੀਜ਼ ਦੀ ਫੈਸਿਲਿਟੀ ਵਿੱਚ ਲੈਣਾ ਚਾਹੁੰਦੇ ਆ, ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੋਣ ਜਾ ਰਿਹਾ ਇਹ ਇਨੀਸ਼ੀਏਟਿਵ। ਥੈਂਕ ਯੂ। ਤੇ ਬਾਕੀ ਇਸ ਤੋਂ ਬਾਅਦ ਤੁਸੀਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਗੂਗਲ ਮੈਪ ਦਾ ਲਿੰਕ ਆ, ਸਾਡੇ ਦਿੱਤੇ ਹੋਏ ਕੰਟੈਕਟ ਨੰਬਰ ਨੇ ਜੋ ਇਹਦੇ ਥੱਲੇ ਹੋਣਗੇ ਵੀਡੀਓ ਦੇ, ਤੁਸੀਂ ਉਹਨਾਂ ਤੇ ਕਾਲ ਕਰਕੇ ਪ੍ਰੋਪਰ ਐਡਰੈਸ ਲੈ ਕੇ, ਕੁਐਰੀ ਲੈ ਕੇ ਆ ਸਕਦੇ ਹੋ। ਧੰਨਵਾਦ।